ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ, ਅੱਜ ਅਸੀਂ ਪਿੰਡ ਸ਼ੇਰਪੁਰ ਤਖਤੂਵਾਲਾ ਦੇ ਵਿੱਚ ਪਹੁੰਚੇ ਹੋਏ ਹਾਂ, ਜਿੱਥੋਂ ਦੇ ਨੌਜਵਾਨਾਂ ਨੇ ਸਾਨੂੰ ਸੋਸ਼ਲ ਮੀਡੀਆ ਦੇ ਉੱਪਰ ਦੇਖ ਕੇ, ਜੋ ਅਸੀਂ ਮੋਗਾ ਜ਼ਿਲ੍ਹਾ ਦੇ ਵਿੱਚ ਕੁਝ ਕਿਸਾਨਾਂ ਦੀ ਜਿਹੜੀ ਫਸਲ ਆ ਪਿਛਲੇ ਦਿਨੀ, ਉਹ ਜੋ ਕਣਕ ਦੇ ਸੀਜ਼ਨ ਦੇ ਵਿੱਚ ਆਪਾਂ ਜਾਣਦੇ ਹੀ ਹਾਂ ਕਿ ਅੱਗਾਂ ਲੱਗਦੀਆਂ, ਉਸ ਦੇ ਵਿੱਚ ਜਿਹੜੀ ਕਿਸਾਨਾਂ ਦੀ ਫਸਲ ਆ ਉਹ ਬਰਬਾਦ ਹੋ ਗਈ ਸੀ। ਤਾਂ ਇਹਨਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਦੇਖ ਕੇ ਸਾਨੂੰ ਆਪਣੇ ਪਿੰਡ ਸ਼ੇਰਪੁਰ ਤਖਤੂਵਾਲਾ, ਜਿਹੜਾ ਕਿ ਜੀਰਾ ਹਲਕੇ ਦਾ ਪਿੰਡ ਹੈ, ਉੱਥੇ ਸਾਨੂੰ ਬੁਲਾਇਆ। ਅਤੇ ਪਿੰਡ ਦੇ ਨੌਜਵਾਨਾਂ ਨੇ ਉਹਨਾਂ ਕਿਸਾਨਾਂ ਦੀ ਮਦਦ ਵਾਸਤੇ ਇੱਕ ਬਹੁਤ ਸੋਹਣਾ ਆਇਆ, ਉਹ ਉਹਨਾਂ ਨੇ ਕੀਤਾ ਹੈ। ਅੱਜ ਅਸੀਂ ਇਹਨਾਂ ਦੇ ਪਿੰਡ ਸ਼ੇਰਪੁਰ ਤਖਤੂਵਾਲਾ ਦੇ ਵਿੱਚ ਕਣਕ ਇਕੱਠੀ ਕਰਨ ਵਾਸਤੇ ਆਏ ਹੋਏ ਹਾਂ। ਸੋ ਪਿੰਡ ਦੇ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ, ਉਹ ਉਹਨਾਂ ਪੀੜਿਤ ਕਿਸਾਨਾਂ ਦੀ ਮਦਦ ਦੇ ਲਈ ਜਿਹੜੀ ਪਿੰਡ ਦੇ ਵਿੱਚੋਂ ਉਹ ਇਕੱਠੀ ਕਰਵਾ ਰਹੇ ਹੈ। ਪਿੰਡ ਦੇ ਜਿਹੜੇ ਸਾਰੇ ਨੌਜਵਾਨ ਹੈ ਉਹ ਸਾਡੇ ਨਾਲ ਆਏ ਹੋਏ ਹੈ। ਸੋ ਘਰਾਂ ਦੇ ਵਿੱਚ ਜਾ ਕੇ ਜਿਹੜੀ ਕਣਕ ਹੈ ਉਹ ਇਕੱਠੀ ਕੀਤੀ ਜਾ ਰਹੀ ਹੈ। ਆ ਜਾਓ ਆਪਾਂ ਨਾਲ ਦੀ ਨਾਲ ਅੱਗੇ ਚੱਲਦੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਦੋਸਤੋ, ਤੁਸੀਂ ਦੇਖ ਸਕਦੇ ਹਾਂ ਕਿ ਇੱਕ ਕਿਸਾਨ ਦਾ ਕਿਸਾਨਾਂ ਵਾਸਤੇ ਕਿੰਨਾ ਜਿਹੜਾ ਦਿਲੀ ਮੋਹ ਹੈ, ਕਿੰਨਾ ਦਰਦ ਹੈ ਕਿ ਜੇਕਰ ਕਿਸੇ ਕਿਸਾਨ ਦੀ ਜਿਹੜੀ ਫਸਲ ਹੈ ਉਹ ਸੜੀ ਹੈ। ਤਾਂ ਪੰਜਾਬ ਦਾ ਹਰ ਇੱਕ ਪੰਜਾਬੀ ਜਿਹੜਾ ਆਪਣੇ ਦਿਲ ਦੇ ਵਿੱਚ ਇਨਸਾਨੀਅਤ ਲਈ ਦਰਦ ਰੱਖਦਾ, ਉਹ ਇਸ ਕੰਮ ਦੇ ਵਿੱਚ ਬਹੁਤ ਉਤਸ਼ਾਹ ਦੇ ਨਾਲ ਉਹਨਾਂ ਕਿਸਾਨਾਂ ਦੀ ਮਦਦ ਕਰਨ ਵਾਸਤੇ ਜਿਹੜੀ ਕਣਕ ਹੈ ਉਹ ਦਾਨ ਕਰ ਰਹੇ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਬਾਈ ਜੀ। ਚੰਗਾ ਜੀ, ਖਾਲਸਾ ਵਾਹਿਗੁਰੂ।